ਨੀਲੀ ਟੀ ਸ਼ਰਟ ਪਾ ਕੇ ਤੇ ਮੋਢਿਆਂ ਤੇ ਬੈਗ ਚੁੱਕੀ ਆ ਵਿਅਕਤੀ ਇੱਕ ਚੋਰ ਹੈ, ਜਿਸਨੇ ਕਿ 3 ਦਿਨ ਪਹਿਲਾਂ ਅੰਮ੍ਰਿਤਸਰ ਦੀ ਪੁਰਾਣੀ ਲੱਕੜ ਮੰਡੀ ਦੇ ਇੱਕ ਘਰ 'ਚ ਬੜੇ ਹੀ ਸ਼ਾਤਰ ਤਰੀਕੇ ਨਾਲ ਲੱਖਾਂ ਦੀ ਚੋਰੀ ਕੀਤੀ। ਘਰ ਦੀ ਮਾਲਕਣ ਨੀਨਾ ਮੁਤਾਬਕ ਉਹ ਘਰ ਨੂੰ ਤਾਲਾ ਲਗਾ ਕੇ ਕਿਤੇ ਗਈ ਸੀ ਤਾਂ ਜਦੋਂ ਵਾਪਸ ਆਈ ਤਾਂ ਸਭ ਕੁੱਝ ਖਿਲਰਿਆ ਪਿਆ ਸੀ। ਚੋਰ ਕੋਠੇ ਦੇ ਦਰਵਾਜ਼ੇ ਨੂੰ ਕੱਟ ਕੇ ਘਰ ਵਿੱਚ ਦਾਖਲ ਹੋਇਆ ਤੇ ਨਕਦੀ ਤੇ ਕੀਮਤੀ ਗਹਿਣਿਆਂ ਤੇ ਹੱਥ ਸਾਫ਼ ਕਰ ਦਿੱਤਾ। ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਹਾਲੇ ਤੱਕ ਪੁਲਿਸ ਨੇ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ ਹੈ। ਇੱਥੋਂ ਤੱਕ ਕਿ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਦੇ ਦਿੱਤੀ ਗਈ ਆ। ਉੱਥੇ ਨੀਨਾ ਨੇ ਕਿਹਾ ਕਿ ਇਹ ਕਿਸੇ ਭੇਤੀ ਦਾ ਕੰਮ ਹੋ ਸਕਦਾ ਹੈ। ਮੈਂ ਸਵੇਰੇ ਰੋਜ਼ ਦੀ ਤਰ੍ਹਾਂ ਆਪਣੇ ਕੰਮ ਨੂੰ ਗਈ ਹਾਂ 9:30 ਵਜੇ ਲੋਕ ਲਗਾ ਕੇ ਤੇ ਵਾਪਸੀ ਜਦੋਂ ਅਸੀਂ ਆਏ ਹਾਂ 2:45 ਵਜੇ ਮੈਂ ਦੇਖਿਆ ਮੇਰਾ ਘਰ ਦਾ ਬੂਹਾ ਨਹੀਂ ਖੁੱਲ੍ਹ ਰਿਹਾ ਸੀ। ਫਿਰ ਅਸੀਂ ਬੜੀ ਕੋਸ਼ਿਸ਼ ਕੀਤੀ, ਫਿਰ ਦੇਖਿਆ ਕਿ ਅੰਦਰੋਂ ਕਿਸੇ ਨੇ ਕੁੰਡੀ ਲਗਾਈ ਹੋਈ ਹੈ। ਫਿਰ ਅਸੀਂ ਲੱਤ ਮਾਰ ਕੇ ਉਹਨੂੰ ਖੋਲ੍ਹਿਆ ਤੇ ਮੈਂ ਉੱਪਰ ਸੀੜੀਆਂ ਚੜ੍ਹੀ ਤੇ ਇੱਕ ਮੇਰਾ ਪਰਸ ਪਿਆ ਸੀ ਜਿਹੜਾ ਕਿ ਮੇਰੀ ਅਲਮਾਰੀ 'ਚ ਪਿਆ ਹੁੰਦਾ ਸੀ। ਉਹ 'ਚ ਕੈਸ਼ ਸੀ ਲੋਕਰ 'ਚ, ਮਤਲਬ 30,000 ਰੁਪਇਆ ਕੈਸ਼ ਸੀ ਉਹਦੇ 'ਚ, ਉਹ ਖਾਲੀ ਸੀ। ਤੇ ਮੈਂ ਸਾਰਿਆਂ ਨੂੰ ਇਕੱਠਾ ਕੀਤਾ, ਸਾਰੇ ਆ ਗਏ ਮੇਰੇ ਆਸ ਪੜੋਸ ਵਾਲੇ, ਕਹਿੰਦੇ ਕੀ ਹੋਇਆ। ਮੈਂ ਕਿਹਾ ਪਤਾ ਨਹੀਂ ਅੰਦਰੋਂ ਲੋਕ ਬੰਦ ਹੈ, ਮੇਰੀ ਹੈਲਪ ਕਰੋ। ਕੋਈ ਭੇਤੀ ਬੰਦਾ ਹੋਏਗਾ ਜਿਹਨੇ ਕੀ ਕੀਤਾ ਮੇਰਾ ਗਹਿਣਾ ਤੇ ਨਾਲ ਮੇਰੇ ਪੈਸੇ ਜਿਹੜੇ ਨੇ ਚੁੱਕੇ ਲੈ ਗਿਆ। ਕਿੰਨੇ ਗਹਿਣੇ ਸੀ ਤੇ? ਗਹਿਣਾ ਅਪਰੋਕਸੀਮੇਟ ਮੇਰਾ 500 ਗ੍ਰਾਮ ਸੀ ਤੇ 30,000 ਰੁਪਇਆ ਕੈਸ਼ ਸੀ। ਟੋਟਲ ਹੋ ਗਏ 20-25 ਲੱਖ ਰੁਪਏ ਦਾ ਨੁਕਸਾਨ ਮੇਰਾ। ਤੇ ਇਹ ਪੁਲਿਸ ਨੂੰ ਕੰਪਲੇਂਟ ਕੀਤੀ, ਪਹਿਲੇ ਅਸੀਂ 100 ਨੰਬਰ ਤੇ ਫੋਨ ਕੀਤਾ, ਬਹੁਤ ਪੈਸਾ ਫੋਨ ਕੀਤਾ, ਕਿਸੇ ਨੇ ਨਹੀਂ ਚੁੱਕਿਆ। ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਕੀਤਾ, 181 ਨੰਬਰ ਤੇ ਕੀਤਾ, ਕਿਸੇ ਨੇ ਨਹੀਂ ਕੀਤਾ। ਫਿਰ ਦੋਨੋਂ ਬੰਦੇ ਗਏ ਨੇ ਤੇ ਥਾਣੇ, ਉਹ ਕਹਿੰਦੇ ਜੀ ਸਾਡੇ ਕੋਲ ਕੋਈ ਮੁਲਾਜ਼ਮ ਨਹੀਂ ਹੈਗਾ। ਫਿਰ ਘੰਟੇ ਬਾਅਦ ਥਾਣਾ ਬੀ ਡਿਵੀਜ਼ਨ ਗਏ ਨੇ। ਉਸ ਤੋਂ ਬਾਅਦ ਘੰਟੇ ਬਾਅਦ ਪੁਲਿਸ ਆਈ ਹੈ ਤੇ ਫਿਰ ਵੀ ਉਹਨਾਂ ਨੇ ਆ ਕੇ ਬਸ ਉਹ ਕੀਤਾ, ਕੋਈ ਫਿੰਗਰਪ੍ਰਿੰਟਸ ਨਹੀਂ, ਕੁਛ ਨਹੀਂ, ਕੋਈ ਡੋਗ ਸਕੋਰ ਨਹੀਂ, ਕੁਛ ਨਹੀਂ ਕੀਤਾ, ਮੇਰੀ ਹੈਲਪ ਨਹੀਂ ਕੀਤੀ। ਅੱਜ 3 ਦਿਨ ਹੋ ਗਏ ਨਾ, ਜਦ ਫੁਟੇਜ ਵਿੱਚ ਵੀ ਬੰਦਾ ਉਹਨਾਂ ਨੇ ਟ੍ਰੇਸ ਆਊਟ ਕਰ ਲਿਆ ਤਾਂ ਮੇਰੀ ਹੈਲਪ ਤਾਂ ਕਰਨਾ। ਉਹਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਚੁੱਕੀ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਚੋਰ ਨੂੰ ਫੜ ਲਿਆ ਜਾਵੇਗਾ। ਇਹਦੇ ਬਿਆਨ ਦਰਜ ਕਰਾਏ ਗਏ ਸੀ ਵੀ ਉੱਥੇ ਲੱਕੜ ਮੰਡੀ ਦੇ ਨੇੜੇ ਘਰ ਹੈ ਜੀ, ਉਹ ਲੌਕ ਕੀਤਾ ਵੈਸੇ ਜਦੋਂ ਵਾਪਸ ਆ ਕੇ ਦੇਖਿਆ ਤੇ ਲੌਕ ਟੁੱਟੇ ਹੋਏ ਸੀ ਤੇ ਅੰਦਰੋਂ ਕਾਫੀ ਸਮਾਨ ਦੀ ਫੋਟੋ ਫੜਨੀ ਕੀਤੀ ਸੀਗੀ। ਉਹ ਲਿਸਟ ਉਹਨਾਂ ਦੀ ਵੱਖਰੀ ਦੇ ਰਹੇ ਆਪਦੇ ਸਮਾਨ ਦੀ ਤੇ ਚੋਰੀ ਦਾ ਮੁਕੱਦਮਾ ਦਰਜ ਕਰਤਾ ਤੀਜ ਚਾਰੀ ਹੈ। ਫਿਰ ਉਹਨਾਂ ਨੇ ਕਿਹਾ ਵੀ ਕਰਦਾ ਅਸੀਂ ਲੌਕ ਲਾ ਕੇ ਬਾਜ਼ਾਰ ਗਏ ਸੀਗੇ, ਜਦੋਂ ਵਾਪਸ ਆ ਕੇ ਮੋੜਿਆ ਲੇਡੀ ਨੇ ਜੀ, ਹਾਂਜੀ, ਤੇ ਨਹੀਂ ਦੱਸਦੇ ਬਾਈ ਜੀ, ਤੇ ਉਹਨਾਂ ਵੱਲੋਂ ਕੰਪਲੇਂਟ ਆ। ਉਹਨਾਂ ਨੇ ਆ ਕੇ ਦੱਸਿਆ ਵੀ ਜਦੋਂ ਵਾਪਸ ਆ ਕੇ ਦੇਖਿਆ ਤਾਂ ਲੌਕ ਟੁੱਟੇ ਹੋਏ ਸੀਗੇ ਤੇ ਕਾਫੀ ਹੁਣ ਮਤਲਬ ਕਰ ਰਹੇ ਆ, ਕੋਈ ਗੱਲ ਨਹੀਂ ਚੋਰੀ ਦੇ ਨੇੜੇ ਪਹੁੰਚ ਗਏ ਆ, ਬੰਦਾ ਕਰ ਲਾਂਗੇ। ਦਿਨ ਦਿਹਾੜੇ ਇੱਕ ਚੋਰ ਸ਼ਰੇਆਮ ਕੋਠੇ ਤੇ ਚੜ੍ਹਿਆ ਤੇ ਕਿਸੇ ਨੇ ਉਸਨੂੰ ਵੇਖਿਆ ਤੱਕ ਨਹੀਂ। ਉੱਤੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਿਤੇ ਨਾ ਕਿਤੇ ਮਾਮਲੇ 'ਚ ਹੋ ਰਹੀ ਲਾਪਰਵਾਹੀ ਤੇ ਸਵਾਲ ਖੜੇ ਕਰਦੀ ਹੈ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।